ਸਵਾਗਤ ਹੈ ਜੀ ਤੁਹਾਡਾ ਸੈਗਮੈਂਟ ਨਿਊਜ਼ ਅਨਾਲਿਸਿਸ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰਾਂਗੇ BC ਦੇ ਵਿੱਚ ਭਖ ਰਹੇ ਚੋਣ ਦੰਗਲ ਦੀ। ਤਿੰਨਾਂ ਪਾਰਟੀਆਂ ਨੇ ਇਕੱਠੇ ਹੋ ਕੇ ਜੋ ਵਾਰਤਾਲਾਪ ਕੀਤੀ, ਇਸੇ ਬਾਰੇ ਵਿਚਾਰ ਦੇਣ ਲਈ ਸਾਡੇ ਨਾਲ ਹਾਜ਼ਰ ਨੇ ਸਾਡੇ ਨਿਊਜ਼ ਵਿਸ਼ਲੇਸ਼ਕ ਡਾਕਟਰ ਪ੍ਰਿਥੀਪਾਲ ਸੋਹੀ। ਡਾਕਟਰ ਸਾਹਿਬ ਜੀ, ਆਇਆਂ ਨੂੰ ਜੀ ਸਟੂਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਗੁਰਪ੍ਰੀਤ। ਡਾਕਟਰ ਸਾਹਿਬ, ਪਹਿਲਾ ਸਵਾਲ ਹੈ ਕਿ BC ਦਾ ਜਿਹੜਾ ਚੋਣ ਦੰਗਲ ਹੁਣ ਕਾਫੀ ਭਖ ਰਿਹਾ ਆ, ਅਤੇ ਤਿੰਨਾਂ ਪਾਰਟੀਆਂ ਖਾਸ ਤੌਰ 'ਤੇ NDP, ਲਿਬਰਲ ਅਤੇ ਕੰਜ਼ਰਵੇਟਿਵ ਨੇ ਜਿਹੜੇ, ਉਹ ਇੱਕ ਦੂਜੇ ਨੂੰ ਘੇਰੀ ਖੜੇ ਨੇ। ਬਿਲਕੁਲ। ਅਤੇ ਇਸ ਬਾਰੇ ਤੁਸੀਂ ਚਾਹੁੰਦਾ ਪਾਓ ਕਿ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਇੱਕ ਦੂਸਰੇ ਨੂੰ ਖਿੱਚ ਸਕਦੇ ਨੇ। ਗੁਰਵੀਰ, ਕੱਲ੍ਹ ਅਸੀਂ ਦੇਖਿਆ ਕਿ ਦੋਨਾਂ ਇੱਕ ਪਹਿਲੀ ਡਿਬੇਟ ਹੋਈ ਹੈ ਕੱਲ੍ਹ ਅਸਲ ਵਿੱਚ ਜੀ, ਕਿ BC ਦੀ ਇਲੈਕਸ਼ਨ ਬੜੀ ਇੰਪੋਰਟੈਂਟ ਇਲੈਕਸ਼ਨ ਹੈ, ਕਿਉਂਕਿ ਅਸੀਂ ਦੇਖਿਆ ਕਿ ਖਾਸ ਤੌਰ 'ਤੇ ਜਿਹੜੀ ਪੰਜਾਬੀ ਭਾਈਚਾਰਾ, ਇੱਕ ਤਾਂ ਹੁਣ ਪੰਜਾਬ ਵਾਲੀ ਇਲੈਕਸ਼ਨ ਦੇਖ ਕੇ ਹਟੇ ਨੇ, ਇਹਨਾਂ ਦੇ ਵਿੱਚ ਕਾਫੀ ਸਰਗਰਮੀ ਅਤੇ ਗਰਮੀ ਦੇਖਣ ਨੂੰ ਮਿਲ ਰਹੀ ਹੈ। ਹੁਣ ਨਾਲ ਹੀ ਦੂਜੀ ਇਲੈਕਸ਼ਨ ਆ ਗਈ ਜਿਹਨੂੰ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਇਲੈਕਸ਼ਨ ਕਹਿੰਦੇ ਹਾਂ। ਇੱਥੇ ਪੰਜਾਬੀ ਭਾਈਚਾਰਾ, ਫਿਰ ਅੱਗੇ ਉਹਨਾਂ ਵਿੱਚੋਂ ਸਿੱਖ ਭਾਈਚਾਰਾ ਕਾਫੀ ਡੋਮੀਨੇਟਿੰਗ ਪੋਜੀਸ਼ਨ ਦੇ ਵਿੱਚ ਹੈ, ਸੋ ਕਾਫੀ ਇੰਟਰਸਟ ਵੀ ਲੈਂਦਾ ਉਹਦੇ ਵਿੱਚ। ਉਹਦੇ ਨਾਲ ਹੀ ਬਾਕੀ ਜਿਹੜੀ ਟੋਟਲ BC ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਕਰੀਬਨ 44-45 ਲੱਖ ਦੀ ਆਬਾਦੀ ਹੈ ਇਹਦੇ ਵਿੱਚ, ਅਤੇ ਇਹਦੇ ਕਾਫੀ ਇੰਟਰਸਟ ਦੇ ਨਾਲ ਲੋਕ ਵੋਟਾਂ ਪਾਉਂਦੇ ਨੇ ਹਨ। ਅਤੇ ਉਹਦੇ 'ਚ ਪੋਜੀਸ਼ਨ ਇਹ ਬਣੀ ਕਿ 3 ਮੇਜਰ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਕੱਲ੍ਹ ਡਿਬੇਟ ਕੀਤੀ, ਪਹਿਲੀ ਡਿਬੇਟ ਜੀ। ਇਹ ਵੈਸਟਰਨ ਕੰਟਰੀ ਦੇ ਵਿੱਚ ਇੱਕ ਬਹੁਤ ਹੀ ਅੱਛਾ ਢੰਗ ਚੱਲ ਰਿਹਾ, ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਕੈਨੇਡਾ ਦੇ ਗਾਂ ਸੂਬਿਆਂ ਦੇ ਵਿੱਚ ਵੀ, ਕਿ ਜਿਹੜੇ ਲੀਡਰ ਨੇ ਉਹਨਾਂ ਦੀਆਂ ਬਹਿਸਾਂ ਕਰਾਈਆਂ ਜਾਂਦੀਆਂ ਨੇ, ਡਿਬੇਟਸ ਕਰਾਈਆਂ ਜਾਂਦੀਆਂ ਨੇ, ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿਹੜੀ ਪਾਰਟੀ ਦਾ ਲੀਡਰ ਕਿੰਨੇ ਕੁ ਪਾਣੀਆਂ ਦੇ ਵਿੱਚ ਹੈ ਜੀ। ਕੱਲ੍ਹ ਪਹਿਲੀ ਡਿਬੇਟ ਸੀ, 90 ਮਿੰਟ ਡਿਬੇਟ ਚੱਲੀ। ਉਸ ਡਿਬੇਟ ਦੇ ਵਿੱਚ ਜੋ ਹਾਕਮ ਪਾਰਟੀ ਹੈ, ਜਿਹਨੂੰ ਅਸੀਂ BC ਲਿਬਰਲ ਪਾਰਟੀ ਕਹਿੰਦੇ ਹਾਂ, ਜਿਹੜੀ ਕਿ ਫੈਡਰਲ ਲਿਬਰਲ ਨਾਲੋਂ ਵੱਖਰੀ ਪਾਰਟੀ ਹੈ, ਇਹਨਾਂ ਦਾ ਜਿਹੜਾ ਲੀਡਰ ਕ੍ਰਿਸਟੀ ਕਲਾਰਕ, ਜੋ 6 ਸਾਲਾਂ ਤੋਂ ਪ੍ਰੀਮੀਅਰ ਚੱਲੇ ਆਉਂਦੇ ਨੇ, ਉਹ ਉਹਦੇ ਵਿੱਚ ਹਾਜ਼ਰ ਹੋਏ। ਦੂਜੇ ਪਾਸੇ ਅਸੀਂ ਦੇਖਿਆ ਕਿ NDP ਦੇ ਜੌਨ ਹੋਰਗਨ, ਜਿਹੜੇ ਕਿ ਮੇਨ ਲੀਡਰ ਨੇ ਇਸ ਵੇਲੇ, ਉਹ ਉਹਦੇ 'ਚ ਹਾਜ਼ਰ ਹੋਏ। ਤੀਜੇ ਨੰਬਰ 'ਤੇ ਇਸ ਵਾਰੀ ਗ੍ਰੀਨ ਪਾਰਟੀ ਵੀ ਪਹਿਲਾਂ ਦੇ ਮੁਕਾਬਲੇ 'ਤੇ ਕਾਫੀ ਜ਼ੋਰ ਸ਼ੋਰ ਨਾਲ ਅੱਗੇ ਨੂੰ ਵੱਧ ਰਹੀ ਹੈ, ਸੋ ਐਂਡਰਿਊ ਜੋ ਉਹਨਾਂ ਦੇ ਵੀਵਰ ਨੇ ਜੋ, ਉਹ ਵੀ ਉਹਦੇ ਵਿੱਚ ਹਾਜ਼ਰ ਹੋਏ ਸੀ। ਹੁਣ ਤਿੰਨਾਂ ਦੀ ਬਹਿਸ ਤੋਂ ਕੀ ਲੱਗਦਾ ਸੀ ਸਾਨੂੰ, ਖਾਸ ਤੌਰ 'ਤੇ NDP, ਕਿਉਂਕਿ ਜਿਹੜੇ ਪੋਲਸ ਵਗੈਰਾ ਦੇ ਵਿੱਚ 5-4 ਪੁਆਇੰਟ ਅੱਗੇ ਚੱਲ ਰਹੀ ਹੈ, NDP ਦਾ ਜਿਹੜਾ ਲੀਡਰ ਸੀ ਉੱਥੇ ਮੈਂ ਦੇਖਿਆ ਕਿ ਜੌਨ ਹੋਰਗਨ ਥੋੜ੍ਹਾ ਜਿਹਾ ਐਗਰੈਸਿਵ ਮੂਡ ਦੇ ਵਿੱਚ ਸੀ। ਪੁਰਾਣਾ ਜਿਹੜਾ ਇਹਨਾਂ ਦਾ ਐਂਟਰੀ ਇੰਡੈਕਸ, ਜਦੋਂ ਪਿਛਲੀ ਵਾਰੀ ਇਲੈਕਸ਼ਨ ਹਾਰੇ, ਉਹਦੇ 'ਤੇ ਦੋਸ਼ ਲੱਗਦਾ ਸੀ ਕਿ ਜੀ ਥੋੜ੍ਹਾ ਜਿਹਾ ਸੁਸਤ ਹੈ, ਪ੍ਰੋਐਕਟਿਵ ਨਹੀਂ ਹੈਗਾ, ਕਈ ਮਸਲਿਆਂ ਦੇ ਉੱਤੇ ਥੋੜ੍ਹਾ ਜਿਹਾ ਢਿੱਲਾ ਪੈ ਜਾਂਦਾ, ਤਾਂ ਉਹਨੂੰ ਕਵਰ ਕਰਨ ਦੇ ਲਈ ਇਸ ਵਾਰੀ ਇਹ ਦੇਖਿਆ ਗਿਆ ਕਿ ਜ਼ਿਆਦਾ ਪ੍ਰੋਐਕਟਿਵ ਅਤੇ ਬਹੁਤ ਜ਼ਿਆਦਾ ਐਗਰੈਸਿਵ ਹੋਇਆ। ਵੀ ਕ੍ਰਿਸਟੀ ਕਲਾਰਕ ਨੂੰ ਬੋਲਦੇ ਬੋਲਦੇ ਕਈ ਵਾਰੀ ਉਹਨੇ ਵਿਚਾਰਿਆਂ ਨੂੰ ਟੋਕ ਕੇ ਉਹਨੂੰ ਜਾਣੀ ਕੁਛ ਗੱਲ ਕਹਿਣ ਦੀ ਇੱਛਾ ਪ੍ਰਗਟ ਕੀਤੀ, ਇਹਦਾ ਭਾਵ ਇੱਕ ਨਵਾਂ ਟ੍ਰੇਨਿੰਗ ਲੈ ਕੇ ਆਏ ਹੋ ਕਿ ਜਿਵੇਂ ਵਿੱਚ ਵਿੱਚ ਬੋਲੀ ਜਾਓ, ਜਿਵੇਂ ਅਸੀਂ ਕਹਿੰਦੇ ਡੋਨਲਡ ਟਰੰਪ ਜਦੋਂ ਇਲੈਕਸ਼ਨ ਹੋ ਰਹੇ ਸੀ ਅਮੈਰੀਕਾ ਦੇ ਵਿੱਚ, ਕ੍ਰਿਸਟੀ ਉਹਨਾਂ ਦੇ ਕਲਿੰਟਨ ਦੇ ਵਿੱਚ ਬੋਲੀ ਜਾਂਦਾ ਸੀ, ਕੁਛ ਉਸ ਤਰ੍ਹਾਂ ਦਾ ਬਿਹੇਵੀਅਰ ਇਹਦਾ ਦੇਖਣ ਨੂੰ ਮਿਲਿਆ ਜੀ। ਦੂਜੀ ਗੱਲ, ਜਿਹੜੀ ਬਹਿਸ ਕਿੰਨਾ ਮੁੱਦਿਆਂ 'ਤੇ ਭਾਰੂ ਰਹੀ, ਉਹਦੇ 'ਚ ਮੇਜਰ ਹਾਊਸਿੰਗ ਦਾ ਮੁੱਦਾ ਸੀ, ਜਿਹਦੇ ਉੱਤੇ ਕਿ ਕ੍ਰਿਸਟੀ ਕਲਾਰਕ ਨੇ ਕਿਹਾ ਕਿ ਅਸੀਂ ਜਿਹੜੇ ਫਸਟ ਟਾਈਮ ਬਾਇਰਸ ਨੇ ਉਹਨਾਂ ਦੇ ਲਈ 37,500 ਦੀ ਇੱਕ ਗ੍ਰਾਂਟ ਰੱਖੀਏ, ਤਾਂ ਜੋ ਮੌਰਗੇਜ ਦੇ ਲਈ ਐਲੀਜੀਬਲ ਹੋ ਜਾਣ, ਉਹ ਮਕਾਨ ਲੈ ਸਕਣ। ਅਸੀਂ ਨਹੀਂ ਚਾਹੁੰਦੇ ਕਿ ਉਹ ਸਾਰੀ ਉਮਰ ਰੈਂਟਰਸ ਹੀ ਬਣੇ ਰਹਿਣ। ਹਾਲੇ ਉਹ ਆਪਣੀ ਗੱਲ ਕਰ ਹੀ ਰਹੇ ਸੀ ਕਿ ਜੌਨ ਹੋਰਗਨ ਨੇ ਫਿਰ ਘੇਰ ਲਿਆ ਉਹਨਾਂ ਨੂੰ ਕਿ ਰੈਂਟਰਸ ਤੋਂ ਤੁਹਾਡਾ ਕੀ ਭਾਵ ਆ, ਕਿ ਇਹਦਾ ਭਾਵ ਉਹ ਕਿਰਾਏਦਾਰ ਬਣੇ ਰਹਿਣ, ਤੁਸੀਂ ਉਹਨਾਂ ਨੂੰ ਨਾਗਰਿਕ ਨਹੀਂ ਸਮਝਦੇ, ਵੀ ਉਹ ਕਿਉਂ ਨੇ ਕਿਰਾਏਦਾਰ। ਉਹਨਾਂ ਨੇ ਫਿਰ ਅਗਲਾ ਆਪਦਾ ਪ੍ਰਸ਼ਨ ਉਹਦੇ 'ਚ ਐਡ ਕਰ ਦਿੱਤਾ ਵੀ ਕਿਰਾਏਦਾਰ ਕਿਉਂ ਨੇ, ਕਿਉਂਕਿ ਅਫੋਰਡੇਬਲ ਹਾਊਸਿੰਗ ਨਹੀਂ ਹੈ, ਉਹ ਘਰ ਨਹੀਂ ਲੈ ਸਕਦੇ, ਇਸ ਕਰਕੇ ਉਹ ਲੰਬੇ ਸਮੇਂ ਤੋਂ ਕਿਰਾਏਦਾਰ ਨੇ। ਤੁਹਾਡੀਆਂ ਨੀਤੀਆਂ, ਤੁਹਾਡੀਆਂ ਪਾਲਿਸੀਜ਼ ਇਹਦੇ ਲਈ ਜ਼ਿੰਮੇਵਾਰ ਨੇ, ਤੁਸੀਂ ਇੰਨੇ ਸਾਲਾਂ 'ਚ ਕੁਛ ਨਹੀਂ ਕੀਤਾ, ਐਂਡ 'ਤੇ ਆ ਕੇ ਆ ਜਿਹੜੇ 1-2 ਸਟੈਪ ਚੁੱਕੇ ਨੇ, ਇਹਦਾ ਭਾਵ ਉਹਦੇ 'ਤੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਜੌਨ ਹੋਰਗਨ ਦੁਆਰਾ। ਅਤੇ ਲਿਬਰਲ ਕੈਂਡੀਡੇਟ ਸੀ ਜਿਹੜੀ ਕ੍ਰਿਸਟੀ ਕਲਾਰਕ ਦਾ ਜਿਹੜਾ ਮੇਨ ਸਟ੍ਰੈਸ ਰਿਹਾ ਉਹਦੇ ਵਿੱਚ, ਉਹ ਰਿਹਾ ਇਕੋਨਮੀ ਦੇ ਉੱਤੇ। ਲਿਬਰਲਾਂ ਨੂੰ ਪਤਾ ਕਿ ਅਸੀਂ ਇਕਨੋਮਿਕ ਫਰੰਟ ਦੇ ਉੱਤੇ NDP ਨਾਲੋਂ ਤਕੜੇ ਹਾਂ, ਅਤੇ ਉਹਦੇ ਹੀ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਬੈਟਰ ਹੈ। ਉਹਨਾਂ ਨੇ ਜੋਬਸ ਦੇ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ ਕਿ ਬਹੁਤ ਸਾਰੀਆਂ ਜੋਬਸ ਕ੍ਰੀਏਟ ਕੀਤੀਆਂ ਅਸੀਂ ਬਾਕੀ ਕੈਨੇਡਾ ਦੇ ਮੁਕਾਬਲੇ 'ਤੇ ਵੱਧ ਕੀਤੀਆਂ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਜੋਬਸ ਦਾ ਜਿਹੜਾ ਪਲਾਨ ਆ ਉਹ ਵੱਧ ਹੈ। ਸਾਡਾ ਇਹ ਵੀ ਪਲਾਨ ਆ ਕਿ ਅਸੀਂ ਟੈਕਸ ਨਾ ਲਾਈਏ, ਉਹਦੇ ਬਾਵਜੂਦ ਵੀ ਅਸੀਂ ਸਰਪਲਸ ਬਜਟ ਦੇ ਰਹੇ ਹਾਂ, ਵੀ ਟੈਕਸ ਵੀ ਨਹੀਂ ਲਾ ਰਹੇ, ਜਦੋਂ ਕਿ ਤੁਸੀਂ ਜਿਹੜੀ NDP ਵਾਲੇ ਹੈ ਕਿ ਤੁਸੀਂ ਤਾਂ, ਤੁਹਾਡੀ ਤਾਂ ਸਰਕਾਰ, ਜੇ ਅਸੀਂ 90s ਦਾ ਦੌਰ ਦੇਖੀਏ, 1991 ਤੋਂ ਲੈ ਕੇ 2001 10 ਸਾਲ ਇੱਥੇ NDP ਦਾ ਰਾਜ ਰਿਹਾ, ਕਿ ਤੁਸੀਂ ਜਾਂ ਤਾਂ ਟੈਕਸ ਬਹੁਤ ਲਾਉਂਦੇ ਰਹਿੰਦੇ ਹੋ ਅਤੇ ਜਾਂ ਓਵਰ ਸਪੈਂਡਿੰਗ ਕਰਦੇ ਹੋ, ਇਸ ਕਰਕੇ ਤੁਹਾਨੂੰ ਤਾਂ ਇਕੋਨਮੀ ਦੀ ਕੋਈ ਸਮਝ ਨਹੀਂ ਹੈਗੀ। ਇਹਦੇ 'ਚ ਇਹ ਵੀ ਲਿਬਰਲ ਕੈਂਡੀਡੇਟ ਨੇ ਘੇਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਹਿੰਦੇ ਹੋ ਕਿ $10 ਅਸੀਂ ਡੇ ਕੇਅਰ ਦੇ ਰੂਪ ਦੇ ਵਿੱਚ ਦੇਵਾਂਗੇ, ਜਿਹੜੇ ਬੱਚਿਆਂ ਨੂੰ ਅਸੀਂ ਡੇ ਕੇਅਰ ਦੇ ਵਿੱਚ ਪਾਉਂਦੇ ਹਾਂ ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ, ਵੀ ਉਹ ਤੁਸੀਂ ਕਿਵੇਂ ਦਿਓਗੇ, ਤੁਹਾਡੇ ਕੋਲ ਪੈਸੇ ਤਾਂ ਹੈ ਨਹੀਂ, ਤੁਹਾਡੀ ਪਲਾਨਿੰਗ ਨਹੀਂ ਉਸ ਹਿਸਾਬ ਦੇ ਨਾਲ, ਉੱਥੇ ਥੋੜ੍ਹੇ ਜਿਹੇ ਜੌਨ ਹੋਰਗਨ ਘਿਰੇ ਹੋਏ ਵਿਖਾਈ ਦਿੱਤੇ। ਉਹ ਕਹਿੰਦੇ ਕਿ ਨਹੀਂ, ਅਸੀਂ ਇਹ ਪਲਾਨ ਇਮੀਜੀਏਟ ਤਾਂ ਲਾਗੂ ਨਹੀਂ ਕਰ ਰਹੇ, ਇਹਨੂੰ ਲੰਬਾ ਸਮਾਂ ਅਸੀਂ 10 ਸਾਲ
ਪਾਰਟੀ ਵਾਲਿਆਂ ਨੇ ਉਹਨਾਂ ਦਾ ਜਿਹੜਾ ਮੇਜਰ ਅਟੈਕ ਸੀ ਉਹ ਵੀ ਕ੍ਰਿਸਟੀ ਕਲਾਰਕ ਦੇ ਉੱਪਰ ਹੀ ਸੀ। ਉਹਨੂੰ ਕਿਹਾ ਕਿ ਉਹਨਾਂ ਨੇ ਕਿ ਤੁਸੀਂ ਤਾਂ LNG ਦੇ ਕਿੰਨੇ ਵਾਅਦੇ ਕੀਤੇ ਸੀ ਕਿ ਹਜ਼ਾਰਾਂ ਲੱਖਾਂ ਜੋਬਸ ਲੈ ਕੇ ਆਵਾਂਗੇ, ਆਹ ਹੋਊਗਾ, ਵਾਹ ਹੋਊਗਾ, ਪਿਛਲੀ ਇਲੈਕਸ਼ਨ ਦੇ ਵਿੱਚ ਕਿੱਥੇ ਗਈਆਂ ਉਹ ਸਾਰੀਆਂ, ਵੀ ਉਹ ਸਾਰਾ ਤੁਸੀਂ ਝੂਠ ਬੋਲਿਆ ਦਾ ਭਾਵ ਕਿਸ ਤਰ੍ਹਾਂ ਪ੍ਰਕਾਰ ਦਾ ਤੁਹਾਡਾ ਪ੍ਰੋਜੈਕਟ ਨਹੀਂ ਹੈ। ਹੋਰ ਵੀ ਖਾਸ ਤੌਰ 'ਤੇ ਇਸ਼ੂਜ਼ ਦੇ ਉੱਤੇ ਇਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਕ੍ਰਿਸਟੀ ਕਲਾਰਕ ਨੂੰ, ਪਰ ਕ੍ਰਿਸਟੀ ਕਲਾਰਕ ਕੰਪੈਰੇਟਿਵਲੀ ਵੱਧ ਕੰਫੀਡੈਂਟ ਥੋੜ੍ਹੇ ਵਿਖਾਈ ਦਿੱਤੇ। ਉਹਨਾਂ ਨੂੰ ਲੱਗਿਆ ਕਿ ਅਸੀਂ ਮਜ਼ਬੂਤ ਹਾਂ, ਸਾਡੀ ਸਥਿਤੀ ਠੀਕ ਹੈ, ਤਾਂ ਭਾਵੇਂ LNG ਦੇ ਮਸਲੇ 'ਤੇ ਉਹ ਘਿਰਦੇ ਨੇ, ਉਸ ਤਰ੍ਹਾਂ ਦਾ ਉਹਨਾਂ ਕੋਲ ਜਵਾਬ ਨਹੀਂ ਆਉਂਦਾ। ਪਰ ਇੱਥੇ NDP ਵਾਲੇ ਵੀ ਫਿਰ ਵੀ ਅੱਛੀ ਡਿਬੇਟ ਸੀ, ਹਾਲੇ ਹੋਰ ਵੀ ਡਿਬੇਟਸ ਹੋਣਗੀਆਂ। ਤਾਂ ਪਹਿਲੀ ਡਿਬੇਟ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਹੜਾ ਭਾਰੂ ਰਿਹਾ ਕਿਹੜਾ ਨਹੀਂ ਭਾਰੂ ਰਿਹਾ, ਸਾਰਿਆਂ ਨੇ ਆਪੋ ਆਪਣੇ ਮੁੱਦੇ ਹੇਠ ਆਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ। ਦੂਸਰੇ ਪਾਸੇ 'ਚ ਆਪਾਂ ਜਿਵੇਂ ਪ੍ਰਮੋਸ਼ਨਸ ਚੱਲ ਰਹੀਆਂ ਨੇ ਜਾਂ ਆਪਾਂ ਇਹੋ ਜਿਹੀਆਂ ਹੋਰ ਕਈ ਮੀਟਿੰਗਸ ਨੇ ਜਿਹੜੀਆਂ ਲਿਬਰਲਸ ਅਤੇ NDP ਦੀਆਂ ਦੇਖਦੇ ਹਾਂ, ਤਾਂ ਉਹਨਾਂ ਤੋਂ ਸਾਹਮਣੇ ਆਉਂਦਾ ਕਿ NDP ਅਤੇ ਲਿਬਰਲਸ ਨੇ ਜਿਹੜੇ ਦੋ ਮੁੱਖ ਪਾਰਟੀਸਪੈਂਟਸ ਹੈਗੇ ਨੇ ਇਸ ਇਲੈਕਸ਼ਨ ਦੇ ਵਿੱਚ, ਅਤੇ ਇਹ ਦੋਵੇਂ ਜਿਹੜੇ ਗਰੁੱਪਸ ਹੈਗੇ ਨੇ ਲੋਕਾਂ ਨਾਲ ਕੀ ਵਾਅਦੇ ਕਰ ਰਹੇ ਨੇ? ਹਾਂ ਗੁਰਪ੍ਰੀਤ, ਇਹ ਬਹੁਤ ਵੱਡੀ ਗੱਲ ਹੁੰਦੀ ਆ ਇਲੈਕਸ਼ਨ ਦੇ ਵਿੱਚ, ਖਾਸ ਤੌਰ 'ਤੇ ਅਸੀਂ ਪੰਜਾਬ ਦੀ ਇਲੈਕਸ਼ਨ 'ਚ ਵੀ ਦੇਖਿਆ ਕਿ ਵਾਅਦੇ ਬਹੁਤ ਕੀਤੇ ਜਾਂਦੇ ਨੇ ਪਰ ਉੱਥੇ ਕਦੇ ਪੂਰੇ ਨਹੀਂ ਹੁੰਦੇ। ਇਹ ਵੀ ਉੱਥੇ ਅਕਸਰ ਦੇਖਿਆ ਜਾਂਦਾ, ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਉਹਨਾਂ ਨੂੰ ਘੇਰਿਆ ਵੀ ਇਸ ਗੱਲ ਦੇ ਉੱਤੇ ਕਿ ਇਹਨਾਂ ਨੂੰ ਲੈਬਲ ਹੋਣਾ ਚਾਹੀਦਾ ਇਸ ਕੰਮ ਦੇ ਲਈ। ਪਰ ਇੱਥੇ ਆਮ ਤੌਰ 'ਤੇ ਜਿਹੜੇ ਲੋਕ ਨੇ ਉਹ ਕਾਫੀ ਸਿਆਣੇ ਨੇ, ਜਦੋਂ ਕੋਈ ਰਾਜਨੀਤਿਕ ਪਾਰਟੀ ਵਾਅਦਾ ਕਰਦੀ ਹੈ ਲੋਕ ਦੇਖਦੇ ਨੇ ਕਿ ਕੀ ਇਹ ਵਾਅਦਾ ਪੂਰੇ ਹੋਣ ਵਾਲਾ ਹੈ, ਕੀ ਇਹਨਾਂ ਨੇ ਵਾਧੂ ਜੀ ਗੱਲ ਤਾਂ ਨਹੀਂ ਕਰਤੀ ਕਿ ਇਹ ਗੱਲ ਨਹੀਂ ਬਣ ਸਕਦੀ, ਹੈ ਨਾ। ਅਤੇ ਬਹੁਤ ਸਾਰੇ ਮੁੱਦੇ ਨੇ ਇਸ ਟਾਈਪ ਦੇ। ਹੁਣ ਦੋਨੇ ਹੀ ਰਾਜਨੀਤਿਕ ਪਾਰਟੀਆਂ ਨੇ, ਮੇਜਰ ਪਾਰਟੀਆਂ ਨੇ, ਪਤਾ ਕਿ ਸਰਕਾਰ ਜਾਂ NDP ਦੀ ਬਣਨੀ ਹੈ ਜਾਂ ਲਿਬਰਲ ਦੀ ਬਣਨੀ ਹੈ। ਗ੍ਰੀਨ ਪਾਰਟੀ ਵਾਲੇ ਚੰਗੀ ਫਾਈਟ ਦੇਣ ਦੀ ਪੋਜੀਸ਼ਨ 'ਚ ਹੋ ਸਕਦੇ ਨੇ, ਪਰ ਹਾਲਤੀ ਕੋਈ ਪੋਲ ਜਾਂ ਕੋਈ ਸਰਵੇ ਇਹ ਨਹੀਂ ਕਹਿੰਦਾ ਕਿ ਗ੍ਰੀਨ ਦੀ ਵੀ ਸਰਕਾਰ ਬਣ ਸਕਦੀ ਹੈ, ਹਾਲਤੀ ਨਹੀਂ ਅਜਿਹੀ ਗੱਲ ਸਾਡੇ ਸਾਹਮਣੇ ਨਹੀਂ ਆ ਰਹੀ। ਹੁਣ ਦੋਨੇ ਪਾਰਟੀਆਂ ਨੇ ਜਿਹੜੇ ਮੇਜਰ ਪਲੇਟਫਾਰਮ ਸਾਡੇ ਸਾਹਮਣੇ ਰੱਖੇ, ਦੋਨਾਂ ਨੇ ਰੱਖ ਦਿੱਤੇ ਉਹਦੇ 'ਚ। ਹੁਣ ਜਿਹੜਾ BC ਲਿਬਰਲ ਵਾਲੇ ਨੇ ਉਹਨਾਂ ਨੇ ਤਾਂ ਪੁਰਾਣੇ ਮੁੱਦੇ ਕਈ ਸਾਡੇ ਸਾਹਮਣੇ ਰੱਖੇ ਕਿ ਅਸੀਂ ਦੇਖੋ ਜੀ ਜਿਹੜਾ ਕਾਰਪੋਰੇਟ ਟੈਕਸ ਹੈ ਉਹਦੇ 'ਚ 1% ਦੀ ਕਮੀ ਕਰਤੀ, ਜਾਂ ਜਿਹੜਾ ਸਮਾਲ ਬਿਜ਼ਨਸ ਟੈਕਸ ਹੈ ਉਹ ਅਸੀਂ 2% 'ਤੇ ਲੈ ਆਏ ਹਾਂ, ਅਤੇ ਬਹੁਤ ਸਾਰੀਆਂ ਜੋਬਸ ਕ੍ਰੀਏਟ ਕੀਤੀਆਂ ਨੇ। ਕੈਨੇਡਾ ਦੀ ਇਕੋਨਮੀ ਸਾਡੇ ਸਮੇਂ 'ਤੇ ਬਹੁਤ ਅੱਛੀ ਰਹੀ ਹੈ, 1 ਨੰਬਰ 'ਤੇ ਰਹੀ ਹੈ, ਅਸੀਂ 73,000 ਜੋਬਸ ਪਿਛਲੇ ਸਾਲ ਕ੍ਰੀਏਟ ਕੀਤੀਆਂ। ਇਹਦਾ ਭਾਵ ਉਹ ਜਿਹੜਾ ਪਲੈਂਕ ਲੈ ਕੇ ਚੱਲ ਰਹੇ ਨੇ ਉਹ ਇਕੋਨਮੀ ਦੇ ਪਲੈਂਕ 'ਤੇ ਹੀ ਚੱਲ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ LNG ਦੇ ਵਿੱਚ ਜੋਬਸ ਕ੍ਰੀਏਟ ਕਰਾਂਗੇ, ਇਸ ਵਾਰੀ ਉਹਨਾਂ ਨੇ ਨਵਾਂ ਫੰਡਾ ਲਿਆਂਦਾ ਜਿਹੜਾ ਉਹ ਟੈਕ ਇੰਡਸਟਰੀ ਦੇ ਵਿੱਚ ਲੈ ਕੇ ਆਉਂਦਾ ਕਿ BC ਦੇ ਵਿੱਚ ਜਿਹੜਾ ਟੈਕ ਉਦਯੋਗ ਆ ਉਹਨੂੰ ਉਤਸ਼ਾਹਿਤ ਕੀਤਾ ਜਾਊਗਾ। ਆਉਣ ਵਾਲੇ ਸਮੇਂ ਦੇ ਵਿੱਚ ਹਜ਼ਾਰਾਂ ਜੋਬਸ ਨੇ ਜਿਹੜੀਆਂ ਇਹਦੇ ਵਿੱਚ ਪੈਦਾ ਹੋਣਗੀਆਂ, ਅਸੀਂ ਇਹਦੇ 'ਚ ਇਨਵੈਸਟਮੈਂਟ ਵੀ ਕਰਾਂਗੇ। ਦੂਜੇ ਪਾਸੇ ਥੋੜ੍ਹੇ ਬਹੁਤੇ NDP ਵਾਲੇ ਮੁੱਦਿਆਂ ਨੂੰ ਕਿ ਜੇ NDP ਭਾਰੂ ਨਾ ਹੋ ਜਾਵੇ, ਜਿਵੇਂ MSP ਦੇ ਮੁੱਦੇ ਉੱਤੇ ਉਹਨਾਂ ਨੇ ਦੁਬਾਰੇ ਉਹ 'ਚ ਗੱਲ ਕੀਤੀ ਹੈ ਕਿ ਅਸੀਂ ਅਗਲੇ ਸਾਲ ਤੋਂ ਉਹਦੇ ਰੇਟ ਨੇ ਜਿਹੜੇ ਅੱਧੇ ਕਰਨ ਜਾ ਰਹੇ ਹਾਂ, ਬਹੁਤ ਘਟਾਉਣ ਜਾ ਰਹੇ ਹਾਂ। ਇਹ ਤੋਂ ਇਲਾਵਾ ਅਸੀਂ ਜਿਹੜਾ ਫਸਟ ਟਾਈਮ ਬਾਇਰਸ ਨੂੰ ਬੈਨੀਫਿਟ ਦਿੱਤਾ ਇਹ ਵੀ ਅਸੀਂ ਜਾਰੀ ਰੱਖਾਂਗੇ। ਆਉਣ ਵਾਲੇ ਸਮਿਆਂ ਦੇ ਵਿੱਚ ਨਵੀਆਂ ਜੋਬਸ ਕ੍ਰੀਏਟ ਕਰਾਂਗੇ। ਇਸ ਤਰ੍ਹਾਂ ਦੇ ਕੁਝ ਵਾਅਦੇ ਨੇ ਜਿਹੜੇ ਉਹਨਾਂ ਨੇ ਕੀਤੇ ਨੇ, ਅਤੇ ਅਮੈਰੀਕਾ ਦੇ ਨਾਲ ਸੰਧੀ ਦੀਆਂ ਗੱਲਾਂ ਨੇ, ਲੰਬਰ ਦੀਆਂ ਗੱਲਾਂ ਵੀ ਹੈਗੀਆਂ, ਹੈ ਨਾ। ਦੂਜੇ ਪਾਸੇ ਜਦੋਂ ਅਸੀਂ NDP ਦੇ ਪਲੇਟਫਾਰਮ 'ਤੇ ਆਉਂਦੇ ਹਾਂ, ਉਹਨਾਂ ਨੇ ਵਾਅਦੇ ਕੰਪੈਰੇਟਿਵਲੀ ਵੱਧ ਕੀਤੇ ਨੇ, ਕਿਉਂਕਿ ਉਹ ਇੰਨੇ 16 ਸਾਲਾਂ ਤੋਂ ਹਕੂਮਤ ਤੋਂ ਬਾਹਰ ਨੇ, ਹਕੂਮਤ 'ਚ ਆਉਣਾ ਚਾਹੁੰਦੇ ਨੇ। ਸਭ ਤੋਂ ਵੱਡਾ ਵਾਅਦਾ ਜਿਹੜਾ ਉਹ ਕਰ ਬੈਠੇ ਨੇ ਕਿ ਅਸੀਂ ਜਿਹੜੀਆਂ ਵੇਜਸ ਨੇ ਉਹ ਪਰ ਆਵਰ $15 'ਤੇ ਲੈ ਜਾਵਾਂਗੇ, ਜਿਹੜੀ ਕਿ ਹੁਣ 10.85 'ਤੇ ਚੱਲ ਰਹੀ ਹੈ। ਉਹ ਇਹ ਵੀ ਕਹਿ ਰਹੇ ਨੇ ਕਿ BC ਦੀ ਜਿਹੜੀ ਇਹ ਵੇਜਸ ਨੇ ਸਾਰਿਆਂ ਵੱਡੇ ਸੂਬਿਆਂ ਨਾਲੋਂ ਘੱਟ ਨੇ, ਅਲਬਰਟਾ ਨਾਲੋਂ ਵੀ ਘੱਟ ਨੇ, ਓਨਟੈਰੀਓ ਨਾਲੋਂ ਵੀ ਘੱਟ ਨੇ, ਜਾਂ ਕੁਝ ਹੋਰ ਸੂਬਿਆਂ ਨਾਲੋਂ ਵੀ ਘੱਟ ਨੇ। ਅਸੀਂ ਇਹਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਤੱਕ ਸਾਡੀ ਟਰਮ ਐਂਡ ਹੋਊਗੀ ਇਹਨੂੰ $15 'ਤੇ ਲੈ ਜਾਵਾਂਗੇ, ਇਹ ਇੱਕ ਵੱਡਾ ਵਾਅਦਾ ਉਹਨਾਂ ਦਾ। ਦੂਜਾ ਟੋਲ ਟੈਕਸ ਦਾ ਵਾਅਦੇ ਵਿੱਚ ਦੋਨਾਂ ਦੇ ਕੰਪੈਰੀਜ਼ਨ ਹੋਇਆ ਇੱਥੇ ਵੀ ਕਿ BC ਲਿਬਰਲ ਵਾਲੇ ਕਹਿੰਦੇ ਨੇ ਕਿ ਅਸੀਂ ਉਹਦੇ 'ਤੇ ਕੈਪ ਲਾ ਦਾਂਗੇ ਕਿ $500 ਤੱਕ ਹੀ ਜਿਹੜਾ ਉਹ ਟੈਕਸ ਦੇਣਾ ਪਿਆ ਕਰੂਗਾ ਪੋਰਟਮਾਨ ਦੇ ਉੱਤੇ, ਜਾਂ ਗੋਲਡਨ ਈਗਲ ਬ੍ਰਿਜ ਨੇ ਜਿਹੜੇ ਇਹਨਾਂ ਦੇ ਗੋਲਡਨ ਈਗਲ ਬ੍ਰਿਜ, ਅਤੇ ਉੱਥੇ ਜੇ 500 ਤੋਂ ਉੱਤੇ ਕਿਸੇ ਦਾ ਬਣਦਾ ਟੋਲ ਉਹ ਮਾਫ਼ ਹੋਊਗਾ, ਇਹਦਾ ਭਾਵ ਹਜ਼ਾਰ ਤੱਕ ਦਾ ਫਾਇਦਾ ਹੋ ਸਕਦਾ ਜਿਹੜੇ ਡੇਲੀ ਕਮਿਊਟ ਕਰਦੇ ਨੇ, ਹੈ ਨਾ ਜੀ। ਜੋ ਇਹ ਕਹਿੰਦੇ ਅਸੀਂ ਪੂਰਾ ਹੀ ਮਾਫ਼ ਕਰ ਦੇਵਾਂਗੇ, MSP ਅਸੀਂ ਪੂਰੀ ਮਾਫ਼ ਕਰ ਦੇਵਾਂਗੇ, NDP ਵਾਲੇ ਕਹਿੰਦੇ ਨੇ, ਬਾਕੀ ਡੇ ਕੇਅਰ $10 ਦੇ ਹਿਸਾਬ ਨਾਲ ਅਸੀਂ ਪ੍ਰੋਵਾਈਡ ਕਰਾਂਗੇ। ਰੈਂਟਰਸ ਦੇ ਲਈ ਵੀ ਇਹਨਾਂ ਨੇ ਇੱਕ ਸਕੀਮ ਲਿਆਂਦੀ ਹੈ ਕਿ ਰੈਂਟਰਸ ਜਿਹੜੇ ਕਿਰਾਏ 'ਤੇ ਰਹਿ ਰਹੇ ਲੋਕ ਨੇ ਉਹਨਾਂ ਨੂੰ ਪਰ ਈਅਰ $400 ਅਸੀਂ ਇੱਕ ਤਰ੍ਹਾਂ ਦਾ ਦੇਵਾਂਗੇ, ਰੈਮੋਨਰੇਸ਼ਨ ਦੇਵਾਂਗੇ, ਜਾਂ ਉਹਨਾਂ ਨੂੰ ਫਾਇਦਾ ਦੇਵਾਂਗੇ ਆਪਣੀ ਜੇਬ 'ਚੋਂ ਦੇਵਾਂਗੇ, ਤਾਂ ਜੋ ਉਹਨਾਂ ਨੂੰ ਕੁਝ ਲਾਭ ਮਿਲ ਸਕੇ। ਪੈਸੇ ਇਕੱਠੇ ਕਰਨ ਦੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਜਿਹੜੇ BC ਦੇ ਬਹੁਤ ਅਮੀਰ ਲੋਕ ਨੇ ਅਸੀਂ ਉਹਨਾਂ 'ਤੇ ਟੈਕਸ ਲਾਵਾਂਗੇ,
ਉਹਨਾਂ ਦੇ ਟੈਕਸ ਦੇ ਵਿੱਚ ਵਾਧਾ ਕਰਾਂਗੇ, ਉੱਪਰਲੇ 2% ਨੇ ਜਿਹੜੇ ਉਹਦੇ ਟੈਕਸ ਵਿੱਚ ਵਾਧਾ ਕਰਾਂਗੇ, ਪਰ ਜਿਹੜਾ ਸਮਾਲ ਬਿਜ਼ਨਸ ਹੈ ਉਹਦਾ ਟੈਕਸ ਅਸੀਂ 0.5% ਘਟਾ ਦੇਵਾਂਗੇ। ਇਹ ਵੀ ਉਹਨਾਂ ਨੇ ਗੱਲ ਕੀਤੀ ਹੈ, ਇਹਦਾ ਭਾਵ ਸਮਾਲ ਬਿਜ਼ਨਸ ਨੂੰ ਇਹਨਾਂ ਨੇ ਆਪਦੇ ਨਾਲ ਖੜ੍ਹੇ ਕਰਨ ਦੀ ਗੱਲ ਕੀਤੀ ਹੈ। ਆਮ ਤੌਰ 'ਤੇ ਸਮਾਲ ਬਿਜ਼ਨਸ ਜਾਂ ਬਿਜ਼ਨਸ ਕਮਿਊਨਿਟੀ NDP ਦੇ ਅਗੇਂਸਟ ਹੋ ਕੇ ਚੱਲਦੀ ਹੁੰਦੀ ਹੈ, ਤਾਂ ਉਹਨੂੰ ਇਹਨਾਂ ਨੇ ਕੈਟਰ ਕਰਨ ਦੀ ਪੋਜੀਸ਼ਨ ਕੀਤੀ ਹੈ। ਤਾਂ ਜਿੰਨੇ ਵੀ ਵਰਕਿੰਗ ਕਲਾਸ ਨੇ, ਕਿਉਂਕਿ ਉਹ $15 ਵਾਲੀ ਗੱਲ ਕਹਿ ਕੇ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਯੂਥ ਨੂੰ ਵੀ ਇਹਨਾਂ ਨੇ ਕੁਝ ਕਿਹਾ ਕਿ ਜਦੋਂ ਤੁਹਾਡੀ ਐਜੂਕੇਸ਼ਨ ਪੂਰੀ ਹੋਊਗੀ $1,000 ਤੁਹਾਨੂੰ ਅਸੀਂ ਦੇਵਾਂਗੇ, ਤਾਂ ਉਹ ਯੂਥ ਨੂੰ ਵੀ ਇੱਕ ਤਰ੍ਹਾਂ ਨਾਲ ਕੈਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋਰ ਵੀ ਬਹੁਤ ਸਾਰੇ ਵਾਅਦੇ ਨੇ ਜਿਹੜੇ ਇਹਨਾਂ ਨੇ ਕੀਤੇ ਨੇ ਕਿ ਜਿਵੇਂ ਲੰਬਰ ਦੀਆਂ ਜਿਹੜੀਆਂ ਲੌਗਸ ਬਾਹਰ ਜਾ ਰਹੀਆਂ ਅਸੀਂ ਉਹਨਾਂ 'ਤੇ ਵੀ ਰੋਕ ਲਾਵਾਂਗੇ, ਤਾਂ ਦੋਨਾਂ ਦੇ ਪਲੇਟਫਾਰਮ ਇੱਕ ਦੂਜੇ ਨਾਲ ਕੰਪੇਅਰ 'ਚ ਆਉਂਦੇ ਨੇ, ਬਾਕੀ ਲੋਕ ਦੇਖਣਗੇ ਕਿਸ ਤਰ੍ਹਾਂ ਦੀ ਪੋਜੀਸ਼ਨ ਬਣ। ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸੋ ਕਿ ਇਹ ਜਿਹੜੀਆਂ ਪਾਰਟੀਜ਼ ਨੇ, ਚਲੋ ਆਪੋ ਆਪਣੀ ਪ੍ਰਮੋਸ਼ਨ ਤਾਂ ਕਰ ਹੀ ਰਹੀਆਂ ਨੇ, ਪਰ ਪੋਲਸ ਕੀ ਕਹਿ ਰਹੇ ਨੇ ਅਤੇ ਕਿਹੜੇ ਖੇਤਰ ਦੇ ਵਿੱਚ ਕਿਹੜੀ ਕਮਿਊਨਿਟੀ 'ਚ ਕਿਹੜੀ ਪਾਰਟੀ ਆ ਜਿਹੜੀ ਭਾਰੂ ਹੋ ਸਕਦੀ ਹੈ? ਹਾਂ ਬਿਲਕੁਲ, ਫਿਲਹਾਲ ਜਿਹੜੇ ਪੋਲਸ ਸਾਡੇ ਸਾਹਮਣੇ ਆ ਰਹੇ ਨੇ, 2-3 ਮੇਨ ਏਜੰਸੀਆਂ ਨੇ ਜਿਹੜੀਆਂ ਲੈ ਕੇ ਆ ਰਹੀਆਂ ਨੇ, ਉਹ 2-3 ਦਿਨਾਂ ਬਾਅਦ ਸਾਡੇ ਕੋਲ ਪੋਲ ਆਉਂਦੇ ਨੇ। ਉਹਦੇ 'ਚ NDP ਨੂੰ ਲਿਬਰਲ ਨਾਲੋਂ 5 ਪੁਆਇੰਟ ਅੱਗੇ ਦਿਖਾਇਆ ਜਾ ਰਿਹਾ, ਕਦੇ 4 ਕਦੇ 5 ਕਦੇ 6, ਇੱਥੇ ਇੱਕ ਵੇਰੀਏਸ਼ਨ ਹੈ। ਪਹਿਲਾਂ ਇਹ ਗੈਪ ਜ਼ਿਆਦਾ ਸੀ, ਹੁਣ ਇਹ ਗੈਪ ਥੋੜ੍ਹਾ ਜਿਹਾ ਘਟਿਆ ਕਿ ਲਿਬਰਲ ਵੀ ਥੋੜ੍ਹੇ ਰਾਈਜ਼ ਕੀਤੇ ਨੇ ਕੰਪੈਰੇਟਿਵਲੀ ਇਹ ਪੋਲਸ ਦੇ ਹਿਸਾਬ ਨਾਲ ਦੇਖੀਏ। ਇੱਕ ਜਿਹੜੀ ਗ੍ਰੀਨ ਪਾਰਟੀ ਹੈ ਇਹ ਕਾਫੀ ਅੱਗੇ ਨੂੰ ਚੱਲੀ ਹੈ, ਤਕਰੀਬਨ 20-21% ਵੋਟਾਂ ਲੈਣ ਦੀ ਪੋਜੀਸ਼ਨ 'ਚ ਹੋ ਗਈ ਹੈ, ਜਦੋਂ ਕਿ ਅੱਗੇ ਪਿਛਲੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਸਿਰਫ 8.5% ਵੋਟਾਂ ਹੀ ਲਈਆਂ ਸੀ। ਤਾਂ ਇਸ ਵਾਰੀ ਅੱਗੇ ਇਹ ਸਮਝਿਆ ਜਾਂਦਾ ਸੀ ਕਿ ਜਿਹੜੀ ਗ੍ਰੀਨ ਪਾਰਟੀ ਹੈ ਬਹੁਤਾ ਨੁਕਸਾਨ ਖੈਰ NDP ਦਾ ਕਰਦੀ ਹੈ, ਕਿਉਂਕਿ ਦੋਨਾਂ ਦੇ ਪਲੇਟਫਾਰਮ ਕਈ ਵਾਰੀ ਮਿਲਦੇ ਜੁਲਦੇ ਦਿਖਾਈ ਦਿੰਦੇ ਹੁੰਦੇ ਨੇ। ਪਰ ਇਸ ਵਾਰੀ ਇਹ ਦੇਖਣ ਨੂੰ ਆ ਰਿਹਾ ਕਿ ਕੁਝ ਕੁ ਵੋਟਾਂ ਦੇ ਵਿੱਚ ਵੱਡਾ ਜਿਹੜਾ ਕੱਟ ਇਹ ਈਵਨ ਲਿਬਰਲ ਦੇ ਵਿੱਚ ਵੀ ਲਾ ਰਹੇ ਨੇ, ਸੋ ਇਹ ਵੀ ਇੱਕ ਦੇਖਣ ਨੂੰ ਪੋਜੀਸ਼ਨ ਮਿਲ ਰਹੀ ਹੈ। ਉਂਝ ਸੀਟਾਂ ਦਾ ਹਾਲੇ ਨਹੀਂ ਹਿਸਾਬ ਲੱਗਦਾ, ਕਿਉਂਕਿ ਬਹੁਤੇ ਪੋਲ ਨੇ ਜਿਹੜੇ ਪਿਛਲੇ ਹਫ਼ਤੇ ਦੇ ਵਿੱਚ ਆਉਣਗੇ ਨੇੜੇ ਜਾ ਕੇ, ਪਰ ਇਸ ਕੰਪੈਰੀਜ਼ਨ ਦੇ ਵਿੱਚ ਗ੍ਰੀਨ ਪਾਰਟੀ ਨੇ, ਕਿਉਂਕਿ ਉਹਨਾਂ ਦੇ ਆਪਦੇ ਵਾਅਦੇ ਨੇ ਜਿਹੜੇ ਕਿ ਅਸੀਂ ਜਿਹੜੀ ਮੋਰਗਨ ਦੀ ਕਿੰਡਰ ਮੋਰਗਨ ਵਾਲੀ ਗੈਸ ਪਾਈਪਲਾਈਨ ਆ ਉਹਦੇ 'ਤੇ ਕਿਵੇਂ ਰੋਕ ਲਵਾਂਗੇ, ਜਾਂ ਫੋਰਨ ਬਾਇਰ ਦਾ ਟੈਕਸ 30% ਤੱਕ ਅਸੀਂ ਲੈ ਜਾਵਾਂਗੇ, ਸੋ ਵੱਖਰੇ ਵੱਖਰੇ ਵਾਅਦਿਆਂ ਦੇ ਹਿਸਾਬ ਨਾਲ ਪੋਲ ਦੇ ਹਿਸਾਬ ਦੇ ਨਾਲ NDP ਅੱਜ ਜਿੱਤਦੀ ਹੈ। ਪਰ ਇਹ ਪੋਲ ਕਦੇ ਵੀ ਸਹੀ ਨਹੀਂ ਹੋਏ ਪਿਛਲੇ ਸਮਿਆਂ ਦੇ ਵਿੱਚ, ਨੇੜੇ ਜਾ ਕੇ ਬੜਾ ਡਿਫਰੈਂਸ 'ਚ ਪੈਦਾ ਹੋ ਜਾਂਦੇ ਨੇ। ਅਸਲੀ ਪੋਲ ਤਾਂ ਜਿਹੜੇ 5-4 ਦਿਨ ਪਹਿਲਾਂ ਰਹਿਣਗੇ, ਉਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਪੋਲ ਆਉਂਦੇ ਨੇ, ਕਿਸ ਤਰ੍ਹਾਂ ਦੇ ਰੁਝਾਨ ਬਣਦੇ ਨੇ, ਉਦੋਂ ਸਾਨੂੰ ਪਤਾ ਲੱਗੇਗਾ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਆਪਣੇ ਸੈਗਮੈਂਟ ਦਾ ਸਮਾਂ ਜਿਹੜਾ ਸਮਾਪਤ ਹੁੰਦਾ, ਹੁਣ ਆਪਾਂ ਨੂੰ ਆਗਿਆ ਲੈਣੀ ਚਾਹੀਦੀ ਹੈ ਅਤੇ ਅਸੀਂ ਕੱਲ੍ਹ ਨੂੰ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ ਜੀ। ਥੈਂਕ ਯੂ।